ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਪਿਛਲੇ 7 ਦਿਨਾਂ ਤੋਂ ਆਪਾਂ ਭਾਈ ਸਾਹਿਬ ਜੀ ਪਾਸੋਂ, ਵੱਖਰੇ ਵੱਖਰੇ ਗੁਰਮੁਖਾਂ ਪਾਸੋਂ ਆਪਣਾ ਪੀਤ ਲੈ ਰਹੇ ਹਾਂ। ਅੱਜ ਆਪਾਂ ਥੋੜ੍ਹਾ ਜਿਹਾ ਅੰਮ੍ਰਿਤ ਦਾ ਮੋਟਾ ਮੋਟਾ ਕਹਿੰਦੇ ਆ ਉਸ ਤਰ੍ਹਾਂ ਆਪਾਂ ਕਰਨਾ। ਆਪਾਂ ਖਾਣੀ ਸ਼ੁਰੂ ਕਰਨ ਲੱਗੇ ਹਾਂ ਥੋੜ੍ਹੀ ਥੋੜ੍ਹੀ, ਜਿਸ ਤਰ੍ਹਾਂ ਆਪਾਂ ਸੱਚਖੰਡ ਦੀ ਸਾਰੀ ਸਟੋਰੀ ਸੁਣੀ, ਕਿਸ ਤਰ੍ਹਾਂ ਧਰਤੀ ਬ੍ਰਹਿਮੰਡ ਹੋਣ ਵਿੱਚ ਆਏ, ਉਸ ਤਰ੍ਹਾਂ ਜਦੋਂ ਸੱਚ ਮੂਲ ਵਾਹਿਗੁਰੂ ਅਕਾਲ ਪੁਰਖ ਅੱਲਾ ਰਾਮ ਗੋਬਿੰਦ ਬਹੁਤ ਸਾਰੇ ਨਾਵਾਂ ਨਾਲ ਉਸ ਵਾਹਿਗੁਰੂ ਨੂੰ ਪੁਕਾਰਿਆ ਜਾਂਦਾ, ਉਹ ਆਪਣੇ ਆਪ ਦੇ ਵਿੱਚ ਸਮਾਏ ਹੋਏ ਸੀ। ਕਈ ਵਾਰ ਪਸਰਿਓ ਪਸਾਰ, ਬਹੁਤ ਵਾਰੀ ਉਹਨਾਂ ਨੇ ਇਹ ਕਲਾਰਾ ਸੰਸਾਰ ਦਾ ਬਣਾਇਆ, ਫਿਰ ਇਸ ਨੂੰ ਨਸ਼ਟ ਕੀਤਾ। ਜਿਸ ਤਰ੍ਹਾਂ ਆਪਾਂ ਸਮੁੰਦਰ ਦੇ ਕੰਢੇ ਰੇਤ ਦੇ ਪਹਾੜ ਬਣਾ ਦਈਏ, ਫਿਰ ਜਦੋਂ ਬੱਚਾ ਬਣਾਉਂਦਾ ਤਾਂ ਜਦੋਂ ਮਰਜ਼ੀ ਢਾ ਦਿੰਦਾ, ਉਸ ਤਰ੍ਹਾਂ ਇਸ ਪਿਤਾ ਦੀ ਇਹ ਕ੍ਰੀਏਸ਼ਨ ਆ ਕਿ ਪਿਤਾ ਨੇ ਇਹ ਸੰਸਾਰ ਨੂੰ ਬਣਾਇਆ। ਕੀਤਾ ਪਸਾਓ ਏਕੋ ਕਵਾਓ, ਇੱਕ ਵਾਰੀ ਪਿਤਾ ਜਦੋਂ ਉਹਨਾਂ ਨੇ ਫਰਨਾ ਲਿਆ ਵੀ ਮੈਂ ਸੰਸਾਰ ਦੀ ਸਾਜਨਾ ਦੁਆਰਾ ਕਰਨੀ ਆ, ਰਚਨਾ ਕਰਨੀ ਆ, ਤਾਂ ਉਹਨਾਂ ਨੇ ਆਪਣੇ ਮੁੱਖ 'ਚੋਂ ਬੋਲੇ, ਇਹ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ, ਹਰ ਰੋਜ਼ ਤੁਸੀਂ ਜਪੁਜੀ ਸਾਹਿਬ ਵਿੱਚ ਪੜ੍ਹਦੇ ਹੋ, ਕੀਤਾ ਪਸਾਓ, ਸਾਰਾ ਪਸਾਰਾ ਕਰ ਦਿੱਤਾ, ਏਕਾ ਕਵਾਓ, ਇੱਕ ਵਾਰੀ ਬੋਲਣ ਦੇ ਨਾਲ। ਜਦੋਂ ਇੱਕ ਵਾਰੀ ਪਰਮਾਤਮਾ ਵਾਹਿਗੁਰੂ ਆਪਣੇ ਮੁੱਖ 'ਚੋਂ ਬੋਲੇ ਤਾਂ ਉਹਦੇ ਨਾਲ ਕੀ ਹੋਇਆ, ਜਿਸ ਤਰ੍ਹਾਂ ਆਪਾਂ ਬੋਲਦੇ ਹਾਂ ਸਾਰੇ ਆਪਣੇ ਮੂੰਹ ਦੇ ਮੋਹਰੇ ਸਾਰੇ ਹੱਥ ਰੱਖੋ, ਬੋਲੋ ਵਾਹਿਗੁਰੂ। ਜਦੋਂ ਤੁਸੀਂ ਹੁਣ ਮੂੰਹ ਮੋਹਰੇ ਹੱਥ ਰੱਖਿਆ ਤਾਂ ਤੁਹਾਡੇ ਮੂੰਹ ਦੇ ਵਿੱਚੋਂ ਦੋ ਚੀਜ਼ਾਂ ਪ੍ਰਗਟ ਹੋਈਆਂ, ਇੱਕ ਆਵਾਜ਼ ਅਤੇ ਦੂਸਰੀ ਪਵਨ। ਉਸੇ ਤਰ੍ਹਾਂ ਵਾਹਿਗੁਰੂ ਜਦੋਂ ਆਪਣੇ ਮੁੱਖ ਰਾਹੀਂ ਬੋਲੇ, ਜੋ ਉਹਨਾਂ ਦੇ ਮੁੱਖ 'ਚੋਂ ਆਵਾਜ਼ ਪ੍ਰਗਟ ਹੋਈ ਉਸ ਨੂੰ ਗੁਰਬਾਣੀ ਗੁਰੂ ਨੇ ਸਾਨੂੰ ਭੇਜ ਦਿੱਤਾ ਵੀ ਉਸਨੂੰ ਨਾਮ ਆਖਿਆ ਗਿਆ, ਸ਼ਬਦ ਆਖਿਆ ਗਿਆ। ਜੋ ਪੌਣ ਪ੍ਰਗਟ ਹੋਈ, ਪੌਣ ਦੇ ਵਿੱਚ ਪਾਣੀ ਸਮਾਇਆ ਹੁੰਦਾ ਆਪਾਂ ਨੂੰ ਸਾਰਿਆਂ ਨੂੰ ਪਤਾ, ਨਵੀਂ ਹੁੰਦੀ ਆ, ਉਸ ਨੂੰ ਮਾਇਆ ਆਖਿਆ ਗਿਆ। ਪੌਣ ਪਾਣੀ ਬਸੰਤ, ਉਸ ਨੂੰ ਮਾਇਆ ਆਖ ਦਿੱਤਾ। ਫਿਰ ਆਪਾਂ ਜਪੁਜੀ ਸਾਹਿਬ ਦੇ ਵਿੱਚ ਸਾਰਾ ਭੇਜ ਦਿੰਦਿਆਂ ਹੋਇਆਂ ਸਮਝਾਇਆ ਆਪਾਂ ਨੂੰ ਗੁਰੂ ਮਾਇਆ ਦੀ ਡਿਊਟੀ ਲਗਾਈ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ, ਜਿਵਤ ਸਭਾਵੇ, ਜੋ ਮਾਲਕ ਨੂੰ ਪਾਉਂਦਾ ਉਸੇ ਤਰ੍ਹਾਂ ਉਹਨਾਂ ਤਿੰਨਾਂ ਨੇ ਜੋ ਪਿਤਾ ਪਰਮੇਸ਼ੁਰ ਨੂੰ ਚਾਹੀਦਾ ਸੀ ਉਸੇ ਤਰ੍ਹਾਂ ਮਾਇਆ ਨੇ ਤਿਆਰ ਕਰਕੇ ਦਿੱਤਾ। ਅਤੇ ਉਸ ਮਾਇਆ ਨੇ ਜਦੋਂ ਤਿਆਰ ਕੀਤਾ ਤਾਂ ਪਿਤਾ ਨੇ ਦੇਖਿਆ ਵੀ ਸਭ ਠੀਕ ਆ, ਮੇਰੇ ਦੱਸੇ ਹੋਏ ਦੇ ਮੁਤਾਬਕ ਮਾਇਆ ਨੇ ਇਹ ਖੇਲ ਤਿਆਰ ਕਰ ਦਿੱਤਾ। ਅਤੇ ਉਸ ਤਿਆਰ ਹੋਏ ਖੇਲ 'ਤੇ ਵਾਹਿਗੁਰੂ ਨੇ ਸਟੈਂਪ ਲਾਈ, ਨਾਲ ਦੱਸ ਦਿੱਤਾ ਕਿ ਤੁਸੀਂ ਵੀ ਇਹ ਖੇਲ ਜਿੱਤਣਾ ਅਤੇ ਤੁਹਾਨੂੰ ਵੀ ਜਿਸ ਤਰ੍ਹਾਂ ਬਾਕੀ ਰਸਤੇ ਥਾਣੀ ਆ ਰਹੇ ਉਸੇ ਤਰ੍ਹਾਂ ਆਉਣਾ ਪਵੇਗਾ। ਸੋ ਇਸ ਤਰ੍ਹਾਂ ਗੁਰਮੁਖ ਪਿਆਰੇ, ਜਦੋਂ ਇਹ ਧਰਤੀ ਬਣ ਗਈ, ਇਹ ਸੂਰਜ, ਇਹ ਚੰਦਰਮਾ, ਆਪਾਂ ਪੜ੍ਹਦੇ ਹਾਂ ਗੁਰੂ ਨਾਨਕ ਦੇਵ ਜੀ ਦਾ ਸਲੋਕ, ਅਰਬਦ ਨਰਬਦ ਧੁੰਦੂ ਘਾਰਾ, ਧਰਨ ਗਗਨਾ ਹੁਕਮ ਪਾਰਾ, ਨਾ ਦਿਨ ਰਹਿਣ ਨਾ ਚੰਦ ਨਾ ਸੂਰਜ ਸੁੰਨ ਸਮਾਧ ਲਗਾਇੰਦਾ। ਉਹ ਪਿਤਾ ਆਪਣੇ ਆਪ ਦੇ ਵਿੱਚ ਸਮਾਇਆ ਹੋਇਆ ਸੀ, ਉਸਦੇ ਇੱਕ ਵਾਰੀ ਬੋਲਣ ਦੇ ਨਾਲ ਇਹ ਧਰਤੀਆਂ, ਇਹ ਬ੍ਰਹਿਮੰਡ, ਇਹ ਸੂਰਜ, ਇਹ ਚੰਦਰਮਾ, ਇਹ ਪਾਣੀ, ਇਹ ਨਿੱਕੀਆਂ ਨਿੱਕੀਆਂ ਖਾਣੀਆਂ, ਆਪਾਂ ਸਾਰੇ ਪ੍ਰਗਟ ਹੋ ਗਏ। ਪ੍ਰਗਟ ਹੋਣ ਤੋਂ ਬਾਅਦ ਜਦੋਂ ਧਰਤੀ ਬਣ ਗਈ ਤੇ ਇਸ ਦੇ ਵਿੱਚ ਛੋਟੇ ਛੋਟੇ ਜੀਵ, ਮਨੁੱਖਾ ਜੂਨ ਤੇ 84 ਲੱਖ ਜੂਨ ਪ੍ਰਗਟ ਹੋ ਗਈ, ਤਾਂ ਉਸ ਵਾਹਿਗੁਰੂ ਨੇ ਪਿਤਾ ਨੇ 84 ਲੱਖ ਜੂਲ ਦੀ ਭਲਾਈ ਦੇ ਲਈ ਵੱਖਰੇ ਵੱਖਰੇ ਮਹਾਂਪੁਰਖਾਂ ਨੂੰ, ਵੱਖਰੇ ਵੱਖਰੇ ਭਗਤਾਂ ਨੂੰ ਭੇਜਿਆ ਤਾਂ ਕਿ ਇਸ ਧਰਤੀ 'ਤੇ ਜਾਣ, ਜਾ ਕੇ ਇਹਨਾਂ ਭੁੱਲਿਆਂ ਹੋਇਆਂ ਜੀਵਾਂ ਨੂੰ ਆਪਣਾ ਭਾਵ ਵਾਹਿਗੁਰੂ ਦਾ ਭੇਜ ਦੇਣ, ਤਾਂ ਜੋ ਉਹ ਜੀਵ ਆਪਣਾ ਜੀਵਨ ਸਫਲ ਬਣਾ ਕੇ ਵਾਪਸ ਮੇਰੇ ਕੋਲ ਆ ਜਾਣ, ਰੀਸਾਈਕਲਿੰਗ।
ਸੋ ਵੱਖਰੇ ਵੱਖਰੇ ਮਹਾਂਪੁਰਖ ਆਏ ਉਹਨਾਂ ਨੇ ਆਪਣੇ ਤਰੀਕੇ ਦੇ ਨਾਲ ਜੋ ਵਾਹਿਗੁਰੂ ਨੇ ਉਹਨਾਂ ਨੂੰ ਸਮਝਾਇਆ ਸੀ ਨਾਮ ਦਾ ਭੇਦ ਦੇਣ ਦੀ ਕੋਸ਼ਿਸ਼ ਕੀਤੀ। ਦੁਆਪਰ ਦੇ ਵਿੱਚ ਤ੍ਰੇਤੇ ਦੇ ਵਿੱਚ ਕ੍ਰਿਸ਼ਨ ਜੀ ਰਾਮ ਜੀ ਹੋਰ ਬਹੁਤ ਸਾਰੇ ਭਗਤ ਆਏ, ਰਾਜਾ ਜਨਕ ਜੀ ਨੇ ਭਗਤੀ ਕੀਤੀ। ਇਸ ਤਰ੍ਹਾਂ ਵੱਖਰੇ ਵੱਖਰੇ ਗੁਰਮੁਖ ਪਿਆਰੇ ਆਏ ਜਿਨ੍ਹਾਂ ਨੇ ਨਾਮ ਦਾ ਭੇਦ ਦਿੱਤਾ। ਅਤੇ ਕਲਯੁੱਗ ਦੇ ਵਿੱਚ ਜਦੋਂ ਵਾਹਿਗੁਰੂ ਨੇ ਦੇਖਿਆ ਵੀ ਮੇਰੇ ਬੱਚਿਆਂ ਦਾ ਕੀ ਹਾਲ ਹੋ ਗਿਆ, ਇੰਨੀ ਤੜਫ ਇਹਨਾਂ ਬੱਚਿਆਂ ਦੇ ਵਿੱਚ, ਇੰਨੇ ਇਹ ਗੱਸ ਗਏ ਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਿੱਚ, ਝੂਠ ਨਿੰਦਿਆ ਚੁਗਲੀ ਦੇ ਵਿੱਚ, ਕਿ ਆਪਸ ਵਿੱਚ ਹੀ ਇੱਕ ਦੂਸਰੇ ਨੂੰ ਮਾਰੀ ਜਾ ਰਹੇ ਆ, ਕੱਟੀ ਜਾ ਰਹੇ ਆ, ਵੱਢੀ ਜਾ ਰਹੇ ਆ। ਕੋ ਮੈਨੂੰ ਕੋਈ ਯਾਦ ਨਹੀਂ ਕਰਦਾ, ਇਹ ਮੈਂ ਖੇਡ ਤਾਂ ਬਣਾਇਆ ਸੀ ਕਿ ਪੁੱਤਰ 84 ਤੱਕ ਜੂਨ ਦੇ ਵਿੱਚ ਜਾਣ ਮਨੁੱਖਾ ਦੇ ਹੀ, ਜਪ ਕੇ ਵਾਪਸ ਆ ਜਾਣ ਔਰ ਪੰਜਾਂ ਚੋਰਾਂ ਨੂੰ ਹਰਾ ਕੇ ਵਾਪਸ ਆਉਣ। ਅਤੇ ਜਦੋਂ ਉਹਨਾਂ ਨੇ ਇਹ ਹਾਲਤ ਦੇਖੀ ਤਾਂ ਸਤਿਗੁਰੂ ਜੀ ਨੇ ਆਪ ਬਾਬਾ ਨਾਨਕ ਜੀ ਆਪ ਆਪਣਾ ਰੂਪ ਧਾਰਨ ਕਰਕੇ ਇਹ ਸੰਸਾਰ 'ਤੇ ਆਏ। ਬਾਬਾ ਦੇਖੇ ਧਿਆਨ ਧਰ ਜਲਤੀ ਸਭ ਪ੍ਰਿਥਵੀ ਦਿਸ ਆਈ। ਉਹਨਾਂ ਨੇ ਦੇਖਿਆ ਵੀ ਸਾਰਾ ਸੰਸਾਰ ਚੱਲ ਰਿਹਾ ਵਿਸ਼ਿਆਂ ਵਿਕਾਰਾਂ ਦੇ ਵਿੱਚ, ਅਤੇ ਗੁਰੂ ਨਾਨਕ ਦੇਵ ਜੀ ਆਏ ਸੰਸਾਰ 'ਤੇ। ਉਹ ਆ ਕੇ ਵੱਖਰੀ ਵੱਖਰੀ ਜਗ੍ਹਾਵਾਂ 'ਤੇ ਗਏ, ਭਗਤਾਂ ਦੇ ਕੋਲ, ਸੰਤਾਂ ਦੇ ਕੋਲ, ਬ੍ਰਹਮ ਗਿਆਨੀ ਜਿਹੜੇ ਆਪਣੇ ਆਪ ਰੁਖਾਉਂਦੇ ਸੀ, ਸਿੱਧਾਂ ਦੇ ਕੋਲ, ਯੋਗੀਆਂ ਦੇ ਕੋਲ, ਨਾਗਿਆਂ ਦੇ ਕੋਲ। ਉਹਨਾਂ ਨੇ ਆ ਕੇ ਉਹਨਾਂ ਨਾਲ ਵਿਚਾਰ ਕੀਤੀ ਸ਼ਬਦ ਦੀ, ਤਾਂ ਉਹਨਾਂ ਨੂੰ ਸ਼ਬਦ ਦਾ ਭੇਦ ਨਹੀਂ ਸੀ ਕਿਸੇ ਨੂੰ। ਉਹ ਆਪਣੇ ਸਰੀਰ ਨੂੰ ਕਠਿਆਈ ਦੇ ਕੇ ਭਗਤੀ ਕਰਦੇ ਸੀ। ਕੋਈ ਦਰੱਖਤ ਤੋਂ ਪੁੱਠਾ ਲਟਕਿਆ ਹੋਇਆ ਸੀ, ਕੋਈ ਅੱਗ ਦੇ ਵਿੱਚ ਧੂਣੀ ਬਾਲ ਕੇ ਬੈਠਾ ਹੋਇਆ ਸੀ, ਕੋਈ ਪਾਣੀ ਵਿੱਚ ਖੜਾ ਭਗਤੀ ਕਰ ਰਿਹਾ ਸੀ, ਕੋਈ ਇੱਕ ਲੱਤ 'ਤੇ ਖੜਾ ਹੋ ਕੇ ਭਗਤੀ ਕਰ ਰਿਹਾ ਸੀ। ਤਾਂ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਦੱਸਿਆ, ਸਮਝਾਇਆ ਵੀ ਇਹਨਾਂ ਨੂੰ ਅਜੇ ਭਗਤੀ ਦਾ ਗਿਆਨ ਨਹੀਂ, ਕਿ ਭਗਤੀ ਮਨ ਨੇ ਕਰਨੀ ਆ, ਨਾ ਕਿ ਧਨ ਨੇ। ਜਦੋਂ ਉਹਨਾਂ ਨੇ ਉਹਨਾਂ ਗੁਰਮੁਖਾਂ ਦੇ ਨਾਲ ਵਿਚਾਰ ਵਟਾਂਦਰਾ ਕੀਤਾ, ਵੱਖਰੇ ਵੱਖਰੇ ਆ ਕਾਨਫਰੰਸਾਂ 'ਤੇ ਜਿਸ ਤਰ੍ਹਾਂ ਹੁਣ ਹੁੰਦੇ ਆ ਪ੍ਰੋਗਰਾਮ ਵੱਡੇ ਵੱਡੇ, ਉੱਥੇ ਗਏ ਆਪਾਂ ਸਾਰੇ ਜਾਣੂਕਾਰ ਜਾਣਾ, ਆਪਾਂ ਸਟੋਰੀਆਂ ਸਾਰੇ ਸੁਣੀਆਂ ਹੋਈਆਂ, ਇਤਿਹਾਸ ਸਾਰਾ ਸੁਣਿਆ ਹੋਇਆ ਵੀ ਕਿਸ ਤਰ੍ਹਾਂ ਗੁਰਮੁਖਾਂ ਨੇ ਵਿਰੋਧ ਵੀ ਕੀਤਾ ਉਹਨਾਂ ਦਾ। ਇਸ ਤਰ੍ਹਾਂ ਜਦੋਂ ਸੰਸਾਰ ਦੀ ਸਾਰੀ ਪ੍ਰਕਿਰਤੀ ਚੱਲ ਰਹੀ ਸੀ ਤਾਂ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਸਮਝਾਇਆ ਵੀ ਭਾਈ ਜੋ ਸ਼ਬਦ ਗੁਰੂ ਹੈ ਇਹੀ ਤੁਹਾਨੂੰ ਇਹ ਸੰਸਾਰ ਤੋਂ ਤਾਰ ਸਕਦਾ, ਹੋਰ ਕੋਈ ਦੂਸਰਾ ਰਸਤਾ ਨਹੀਂ। ਸਿੱਧਿਆਂ ਨੇ ਯੋਗੀਆਂ ਨੇ ਪੁੱਛਿਆ ਕਵਣ ਗੁਰੂ ਕੌਣ ਤੇਰਾ ਚੇਲਾ, ਤੇ ਉਹ ਕਹਿੰਦੇ ਤੇਰਾ ਗੁਰੂ ਕੌਣ ਆ ਤੇ ਤੇਰਾ ਚੇਲਾ ਕੌਣ ਆ। ਤਾਂ ਉਹਨਾਂ ਨੇ ਸਮਝਾਇਆ ਵੀ ਉਹਨਾਂ ਨੂੰ ਵੀ ਸ਼ਬਦ ਗੁਰੂ ਜੋ ਹੈ ਉਹ ਮੇਰਾ ਗੁਰੂ ਆ, ਤੇ ਮੇਰੀ ਜੋ ਸੁਰਤੀ ਆ, ਮੇਰਾ ਜੋ ਮਨ ਆ ਉਹ ਚੇਲਾ ਸ਼ਬਦ ਦਾ। ਚੇਲੇ ਤੋਂ ਭਾਵ ਕੀ ਹੈ ਕਿ ਆਪਣਾ ਜੋ ਮਨ ਹੈ ਉਹ ਸ਼ਬਦ ਦੇ ਨਾਲ ਹਮੇਸ਼ਾ ਰਵੇ, ਹਮੇਸ਼ਾ ਉਸ ਨੂੰ ਚੇਲਾ ਆਖਦੇ ਆ। ਤੇ ਗੁਰੂ ਨਾਨਕ ਦੇਵ ਜੀ ਨੇ ਕਿਹਾ ਸ਼ਬਦ ਗੁਰੂ ਸੁਰਤ ਧੁਨ ਚੇਲਾ, ਜੋ ਮੇਰੇ ਮਨ ਆ, ਮੇਰੀ ਸੁਰਤੀ ਆ, ਉਹ ਮੇਰਾ ਸ਼ਬਦ ਗੁਰੂ ਦਾ ਚੇਲਾ। ਤਾਂ ਇਸ ਤਰ੍ਹਾਂ ਗੁਰਮੁਖ ਪਿਆਰਿਓ ਵੱਖਰੇ ਵੱਖਰੇ ਸਮਿਆਂ 'ਤੇ ਗੁਰੂ ਸਾਹਿਬ ਜੀ ਨੇ ਆਪਣਾ ਭੇਦ ਦਿੱਤਾ, ਉਸ ਸੱਚ ਪਿਤਾ ਦਾ ਭੇਦ ਦਿੰਦਿਆਂ ਹੋਇਆਂ ਸੰਸਾਰ 'ਚੋਂ ਵਿਚਰੇ। ਜਿਨ੍ਹਾਂ ਨੇ ਮੰਨਿਆ ਉਹਨਾਂ ਨੇ ਭਗਤੀ ਕੀਤੀ, ਜਿਨ੍ਹਾਂ ਨੇ ਜਿਨ੍ਹਾਂ ਦੇ ਮਨ ਵਿੱਚ ਭਰਮ ਸੀ ਉਹਨਾਂ ਨੇ ਉਹਨਾਂ ਨੂੰ ਰੋੜੇ ਵੀ ਮਾਰੇ, ਭੂਤਨਾ ਬਤਾਲਾ ਵੀ ਕਿਹਾ ਵੀ ਇਹ 3 ਦਿਨ ਪਹਿਲਾਂ ਪਾਣੀ ਬੀਨ ਦੇ ਵਿੱਚ ਗਏ ਸੀ ਅਤੇ ਹੁਣ 3 ਦਿਨਾਂ ਤੋਂ ਬਾਅਦ ਇਹ ਆ ਕੇ ਮਸਾਦਾਂ ਦੇ ਵਿੱਚ ਬੈਠ ਗਏ ਆ। ਆਪਾਂ ਸਾਰੇ ਗੁਰ ਇਤਿਹਾਸ ਤੋਂ ਜਾਣੂ ਆ, ਉਹਨਾਂ ਨੇ ਰੋੜੇ ਮਾਰੇ ਵੀ ਇਹ ਭੂਤ ਆਏ ਤਾਂ। ਪਰ ਗੁਰੂ ਨਾਨਕ ਦੇਵ ਜੀ ਨੇ ਕਿਸੇ ਦਾ ਬੁਰਾ ਨਹੀਂ ਮਨਾਇਆ, ਕਿਉਂਕਿ ਉਹਨਾਂ ਨੂੰ ਭੇਦ ਸੀ ਵੀ ਇਹਨਾਂ ਬੱਚਿਆਂ ਨੂੰ
ਅਜੇ ਸ਼ਬਦ ਗੁਰੂ ਦਾ ਭੇਦ ਨਹੀਂ। ਫਿਰ ਵਾਹਿਗੁਰੂ ਨੇ ਆਪਾਂ ਨੂੰ ਸਮਝਾਇਆ ਵੀ ਇਹ ਜੋ ਸ਼ਬਦ ਹੈ ਇਸ ਦਾ ਤੁਸੀਂ ਸੰਗ ਕਰੋਗੇ ਤਾਂ ਇਹ ਜੋ 84 ਜੂਨਾਂ ਤੁਹਾਡੇ ਸਾਹਮਣੇ ਹਨ ਇਹਨਾਂ ਤੋਂ ਤੁਸੀਂ ਬਚ ਸਕਦੇ ਹੋ। ਸੋ ਮਹਾਰਾਜ ਨੇ ਆਪਾਂ ਨੂੰ ਸਮਝਾਇਆ ਚਿਰੰਕਾਲ ਪਾਈ ਮਾਨੁੱਖ ਦੇ ਨਾਮ ਵਿਹੋਣੀ ਹੋਈ ਕੇ ਪਸ਼ੂ ਪ੍ਰੇਤ ਮੁਗਧ ਤੇ ਬੁਰੀ ਤਿਸੇ ਨਾ ਬੂਝੇ ਜਿਨ ਇਹ ਸ੍ਰੀ। ਉਹ ਕਹਿੰਦੇ ਉਸ ਵਾਹਿਗੁਰੂ ਨੂੰ ਚੇਤੇ ਰੱਖੋ ਜਿਹਨੇ ਤੁਹਾਨੂੰ ਬਣਾਇਆ, ਕਿਉਂਕਿ ਤੁਹਾਨੂੰ 84 ਲੱਖ ਜੂਨ ਵਿੱਚ ਸਭ ਤੋਂ ਉੱਤਮ ਜਾਮਾ ਪ੍ਰਾਪਤ ਹੋਇਆ। ਚਿਰੰਕਾਲ ਪਾਈ ਮਾਨੁੱਖ ਦੇ, ਬੜੇ ਜੂਨਾਂ ਤੋਂ ਬਾਅਦ ਕੀੜਿਆਂ ਮਕੌੜਿਆਂ ਸੱਪਾਂ ਕੋਲ ਕਹਿ ਲਈਆਂ ਜੂਨਾਂ ਤੋਂ ਬਾਅਦ ਹੁਣ ਸਾਨੂੰ ਮਨੁੱਖਾ ਜੂਨ ਪ੍ਰਾਪਤ ਹੋਈ ਆ, ਕਿਉਂ ਨਾ ਹੁਣ ਇਸ ਜੂਨ ਦੇ ਵਿੱਚ ਆ ਕੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨਮਾਈ ਹੇਠ ਆਪਾਂ ਸ਼ਬਦ ਗੁਰੂ ਦਾ ਅਭਿਆਸ ਕਰਕੇ ਆਪਾਂ ਆਪਣੇ ਜੀਵਨ ਨੂੰ ਸਫਲਾ ਕਰ ਲਈਏ, ਆਪਣੇ ਸਵਾਸਾਂ ਨੂੰ ਸਫਲਾ ਕਰ ਲਈਏ। ਸੋ ਇਸ ਤਰ੍ਹਾਂ ਸਤਿਗੁਰਾਂ ਨੇ ਸਮਝਾਇਆ ਵੀ ਇਹ ਜੋ ਮਨੁੱਖਾ ਜੂਨ ਆ ਇਹਨੂੰ ਚੇਤੇ ਰੱਖਿਓ ਵੀ ਇਹ ਜੋ ਇਹ ਸੰਤ ਕਾ ਮਾਰਗ ਧਰਮ ਕੀ ਪੌੜੀ ਆ ਇਹਦਾ ਆਖਰੀ ਡੰਡਾ ਆ। ਜੇ ਇਸ ਡੰਡੇ ਤੋਂ ਅਸੀਂ ਫਿਸਲ ਗਏ ਤਾਂ ਫਿਰ ਸਾਡਾ ਵਾਸਾ 84 ਲੱਖ ਜੂਨ ਜੂਨਾਂ ਦੇ ਵਿੱਚ ਹੋ ਜਾਵੇਗਾ। ਫਿਰ 84 ਲੱਖ ਜੂਨਾਂ ਦੇ ਵਿੱਚ ਇੱਕ ਇੱਕ ਜੂਨ ਤੁਸੀਂ ਦੇਖਦੇ ਹੋ ਤੁਹਾਡੇ ਸਾਹਮਣੇ ਖੇਲ ਵਿੱਚ ਰਿਹਾ ਸਾਰਾ, ਵੀ ਜਿਹੜਾ ਸੱਪ ਹੁੰਦਾ ਉਹ ਆਪਣੇ ਬੱਚਿਆਂ ਨੂੰ ਖਾ ਜਾਂਦਾ। ਜਦੋਂ ਸੱਪ ਆਪਣੇ ਬੱਚਿਆਂ ਨੂੰ ਖਾਂਦਾ ਤਾਂ ਜਿਹੜੇ ਬੱਚੇ ਨੂੰ ਖਾਣ ਲੱਗਦਾ ਉਹਦਾ ਧਿਆਨ ਆਪਣੇ ਪਿਤਾ ਪ੍ਰਤੀ ਇੰਨਾ ਕ੍ਰੋਧਿਤ ਹੋ ਜਾਂਦਾ ਵੀ ਮੇਰਾ ਪਿਤਾ ਮੈਨੂੰ ਖਾ ਰਿਹਾ। ਉਹ ਮਹਾਰਾਜ ਜਿੱਦਾਂ ਆਪਾਂ ਨੂੰ ਸਮਝਾਉਂਦੇ ਆ ਵੀ ਅੰਤਕਾਲ ਜੋ ਲਕਸ਼ਮੀ ਸਿਮਰੇ ਉਹਦਾ ਧਿਆਨ ਕਿੱਥੇ ਚੱਲ ਜਾਵੇ ਤਾਂ ਤੈਨੂੰ ਕੀ ਬਣਾ ਦੇਣਗੇ, ਅੰਤਕਾਲ ਜੋ ਪੁੱਤਰ ਸਿਮਰੇ ਅੰਤਕਾਲ ਜੋ ਮਾਇਆ ਸਿਮਰੇ, ਜਿੱਥੇ ਜਿੱਥੇ ਧਿਆਨ ਸਾਡਾ ਚਲਿਆ ਜਾਂਦਾ ਉੱਥੇ ਉੱਥੇ ਉਹਨਾਂ ਨੂੰ ਭੇਜ ਦਿੱਤਾ ਜਾਂਦਾ। ਇਸੇ ਤਰ੍ਹਾਂ ਹੁਣ ਸੱਪ ਦਾ ਬੇਟਾ ਸੱਪ ਨੂੰ ਖਾ ਰਿਹਾ, ਪਿਤਾ ਪ੍ਰਤੀ ਉਹਦੇ ਅੰਦਰ ਕ੍ਰੋਧ ਆ ਗਿਆ ਤਾਂ ਉਹ ਪਿਤਾ ਨੇ ਫਿਰ ਦੁਬਾਰਾ ਉਹਨੂੰ ਵੀ ਸੱਪ ਬਣਾ ਦਿੱਤਾ ਤੇ ਉਹ ਵੱਡਾ ਹੋ ਕੇ ਉਸ ਸੱਪ ਨੂੰ ਖਾਏਗਾ। ਇਸ ਤਰ੍ਹਾਂ ਇੱਕ ਜੂਨਾਂ ਤੋਂ ਸੱਪ ਦੇ ਜੂਨਾਂ, ਪਤਾ ਨਹੀਂ ਕਿੰਨੀਆਂ ਲੱਖਾਂ ਜੂਨਾਂ ਸੱਪ ਦੇ ਜੂਨਾਂ ਦੇ ਵਿੱਚ ਅਸੀਂ ਤੁਰੇ ਫਿਰਦੇ ਰਹੇ। ਇਸੇ ਤਰ੍ਹਾਂ ਇੱਕ ਜੂਨ ਦਾ ਖਾਤਮਾ ਹੋਣ 'ਚ ਹੀ ਨਹੀਂ ਆਉਂਦਾ, ਫਿਰ ਸੱਪ ਦੀ ਜੂਨ ਬੜੀ ਲੰਬੀ ਹੁੰਦੀ ਹੈ। ਜਿਹੜਾ ਸੱਪ ਬਚ ਜਾਂਦਾ ਉਹ 100 ਸਾਲ ਤੋਂ ਲੈ ਕੇ 500 ਸਾਲ ਤੱਕ ਜੀਂਦੇ ਸਨ। ਇਹ ਤਾਂ ਸਾਇੰਸਦਾਨਾਂ ਨੇ ਵੀ ਹੁਣ ਕਾਢ ਕੱਢੀ ਹੈ ਵੀ 500 ਸਾਲ ਤੱਕ ਵੀ ਸੱਪ ਜੀਂਦੇ ਆ। ਸੋ ਇਸ ਤਰ੍ਹਾਂ ਗੁਰਮੁਖ ਪਿਆਰਿਓ ਇਹ 1 ਜੂਨ ਦੀ ਆਪਾਂ ਗੱਲ ਕੀਤੀ ਆ ਤੇ ਹੁਣ ਇਹ ਤਾਂ 84 ਲੱਖ ਜੂਨਾਂ ਤੁਸੀਂ ਆਪ ਲਾਓ ਹਿਸਾਬ ਵੀ 1-1 ਜੂਨ ਦੇ ਵਿੱਚ ਜੇ ਸਾਨੂੰ 50-50 ਹਜ਼ਾਰ ਜਾਂ 10-10 ਹਜ਼ਾਰ ਜਾਂ 5-5 ਹਜ਼ਾਰ ਜੂਨਾਂ ਦੇ ਵਿੱਚ ਜਾਣਾ ਪਵੇ ਤਾਂ ਮਲਟੀਪਲਾਈ ਬਾਏ ਹੰਡਰਡਸ ਐਂਡ ਥਾਊਜ਼ੈਂਡਸ। ਇੰਨੀਆਂ ਜੂਨਾਂ ਦੇ ਵਿੱਚ ਜਾਣ ਤੋਂ ਬਾਅਦ ਸਾਨੂੰ ਫਿਰ ਮਨੁੱਖਾ ਦੇਹੀ ਮਿਲਣੀ ਆ ਔਰ ਫਿਰ ਸਾਨੂੰ ਇਹ ਨਹੀਂ ਪਤਾ ਵੀ ਉਸ ਵੇਲੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਸਾਡੀ ਰਹਿਨਮਾਈ ਕਰਨੀ ਆ ਕਿ ਨਹੀਂ, ਕਿਉਂਕਿ ਸਾਨੂੰ ਮੌਕਾ ਮਿਲੇਗਾ ਕਿ ਨਹੀਂ, ਕੀ ਪਤਾ ਸਾਨੂੰ ਇਸ ਜਿਹਾ ਘਰ ਭੇਜ ਦੇਣ ਉਹ ਸਾਨੂੰ ਕਦੇ ਮੌਕਾ ਨਾ ਮਿਲੇ ਗੁਰੂ ਘਰ ਆਉਣ ਦਾ, ਫਿਰ ਪੂਰੇ ਗੁਰਮੁਖਾਂ ਦਾ ਸੰਗ ਨਾ ਪ੍ਰਾਪਤ ਹੋ ਸਕੇ। ਸੋ ਇਹ ਤੁਹਾਡਾ ਲਾਸਟ ਮੌਕਾ ਹੈ ਤੁਹਾਨੂੰ ਕਰ ਸਾਰਿਆਂ ਕੋਲ ਮੇਰੇ ਕੋਲ ਵੀ ਇੱਕ ਆਖਰੀ ਮੌਕਾ, ਜਿੱਦਾਂ ਕਹਿੰਦੇ ਆ ਤੁਹਾਨੂੰ ਲਾਸਟ ਵਾਰੀ ਛੱਡ ਰਹੇ ਹਾਂ, ਤੁਸੀਂ ਆਮ ਕਹਾਵਤ ਸੁਣੀ ਹੋਣੀ ਵੀ ਤੈਨੂੰ ਆਖਰੀ ਮੌਕਾ ਦੇਣ ਲੱਗੇ ਹਾਂ ਵੀ ਜੇ ਇਸ ਵਾਰੀ ਤੂੰ ਬਚ ਗਿਆ ਤਾਂ ਠੀਕ ਆ, ਨਹੀਂ ਤਾਂ ਤੇਰਾ ਮੌਕਾ ਖੇਲ ਖਾਲਾ। ਹੁਣ ਇਹ ਸਾਡਾ ਆਖਰੀ ਮੌਕਾ, ਹੁਣ ਇਸ ਆਖਰੀ ਮੌਕੇ ਦੇ ਵਿੱਚ ਜਦੋਂ ਅਸੀਂ ਬੇਨਤੀਆਂ ਕੀਤੀਆਂ ਕਿ ਸਤਿਗੁਰ ਜੀ ਸਾਡੇ 'ਤੇ ਕਿਰਪਾ ਕਰੋ, ਸਾਡਾ ਮਨ ਨਹੀਂ ਟਿਕਦਾ, ਸਤਿਗੁਰ ਜੀ ਸਾਡੇ 'ਤੇ ਦਇਆ ਦ੍ਰਿਸ਼ਟੀ ਕਰੋ, ਤਾਂ ਸਤਿਗੁਰਾਂ ਨੇ ਸਾਡੇ 'ਤੇ ਦਇਆ ਕੀਤੀ। ਦਇਆ ਦੀ ਨਿਸ਼ਾਨੀ ਤੁਸੀਂ ਆਪ ਦੇਖ ਲਓ, ਤੁਸੀਂ ਬੈਠੇ ਹੋ ਸੱਚੀ ਸੰਗਤ ਦੇ ਵਿੱਚ, ਸੱਚੇ ਸ਼ਬਦ ਦੀ ਆਰਾਧਨਾ ਕਰ ਰਹੇ ਹੋ, ਤਾਂ ਪਿਤਾ ਨੇ ਦਇਆ ਕਰਦੇ ਹਾਂ ਕਿਹਾ ਜਾਓ ਪੁੱਤਰ ਤੁਹਾਨੂੰ ਸੱਚੀ ਸੰਗਤ ਵਿੱਚ ਭੇਜ ਦਿੱਤਾ, ਇਹ ਪਿਤਾ ਦੀ ਦਇਆ। ਚੇਤਾ ਰੱਖਿਓ ਇੱਕ ਗੱਲ, ਸਾਰੇ ਕਹਿੰਦੇ ਆ ਵੀ ਜੇ ਪਿਤਾ ਦੀ ਦਇਆ ਹੋਵੇ ਤਾਂ ਅਸੀਂ ਨਾਮ ਜਪਾਂਗੇ, ਪਰ ਗੁਰਮੁਖੋ ਪਿਤਾ ਨੇ ਦਇਆ ਤੁਹਾਡੇ ਤੋਂ ਹਟਾਈ ਕਦੋਂ ਆ? ਦਇਆ ਤਾਂ ਤੁਹਾਡੇ ਤੋਂ ਹਟਾਈ ਨਹੀਂ,
ਅਸੀਂ ਤਾਂ ਆਪ ਦਇਆ ਤੋਂ ਪਰੇ ਹੋ ਗਏ, ਉਸੇ ਕਿਰਪਾ ਤੋਂ ਅਸੀਂ ਆਪ ਪਰੇ ਹੋ ਗਏ। ਪਿਤਾ ਤਾਂ ਵਾਰ ਵਾਰ ਕਹਿ ਰਿਹਾ, ਮੇਰੇ ਮਨ ਪਰਦੇਸੀ ਦੇ ਪਿਆਰੇ ਆਓ ਘਰੇ, ਵੀ ਪੁੱਤ ਤੂੰ ਘਰ ਨੂੰ ਆ ਜਾ, ਚਾਰ ਯੁੱਗ ਹੋ ਗਏ ਤੈਨੂੰ ਘਰੋਂ ਨਿਕਲੇ ਹੋਏ ਨੂੰ। ਤਾਂ ਪੁੱਤ ਦੀ ਕੀ ਹਾਲਤ ਆ? ਮਨਮੁੱਖ ਹੰਕਾਰੀ ਮਹਿਲ ਨਾ ਜਾਣੇ, ਖਿਨ ਆਗੇ ਖਿਨ ਪੀਛੇ, ਸਦਾ ਬੁਲਾਈਏ ਮਹਿਲ ਨਾ ਆਵੇ, ਕਿਉਂ ਕਰ ਦਰਗਿਆ ਸ਼ੀਜੇ। ਕਹਿੰਦੇ ਤੂੰ ਕਹਿੰਦਾ ਵੀ ਮੇਰੇ ਆ ਕੇ ਸੰਗ ਵਸਣਾ ਆ ਦਰਗਾਹ ਦੇ ਵਿੱਚ, ਮੇਰੇ ਚਰਨਾਂ ਦੀ ਪ੍ਰਾਪਤੀ ਚਾਹੁੰਦਾ ਤੂੰ, ਪਰ ਮੇਰੀ ਗੱਲ ਤਾਂ ਤੂੰ ਸੁਣਦਾ ਨਹੀਂ, ਤੂੰ ਸਿਮਰਨ ਨਹੀਂ ਕਰਦਾ, ਤੂੰ ਅਭਿਆਸ ਨਹੀਂ ਕਰਦਾ, ਤੂੰ ਸੰਗਤ ਨਹੀਂ ਕਰਦਾ, ਤਾਂ ਕਿੱਦਾਂ ਮੈਂ ਤੈਨੂੰ ਆਪਣੇ ਚਰਨਾਂ 'ਚ ਵਾਸਾ ਦੇਵਾਂਗਾ। ਇਹ ਆਪਣੀ ਸਟੋਰੀ ਆ ਸਾਰਿਆਂ ਦੀ, ਕਿਸੇ ਹੋਰ ਦੀ ਸਟੋਰੀ ਨਹੀਂ, ਮੇਰੀ ਵੀ ਪਿੱਛੇ ਹੀ ਸਟੋਰੀ ਹੈ। ਕਿਉਂਕਿ ਜੇ ਆਪਾਂ ਪੂਰੇ ਗੁਰੂ ਦਾ ਕਹਿਣਾ ਨਹੀਂ ਮੰਨਾਂਗੇ ਤਾਂ ਪੂਰਾ ਗੁਰੂ ਸਾਡੀ ਬਾਂਹ ਕਿੱਦਾਂ ਫੜੂਗਾ। ਇਹ ਇੱਕ ਬਹੁਤ ਛੋਟਾ ਜਿਹਾ ਲੌਜਿਕ ਆ ਬਈ, ਜੇ ਆਪਾਂ ਆਪਣਾ ਭਰੋਸਾ ਆਪਣੇ ਪਿਤਾ ਨੂੰ ਦਵਾਈਏ ਤੇ ਤਾਂ ਹੀ ਸਾਡਾ ਪਿਤਾ ਸਾਡੀ ਬਾਂਹ ਫੜੂਗਾ। ਆਪਾਂ ਹਰ ਰੋਜ਼ ਸਾਰੇ ਪੜ੍ਹਦੇ ਹਾਂ ਵੀ ਸਗਲ ਦੁਆਰ ਕੋ ਛੱਡ ਕੇ ਗਏ ਤੁਹਾਰੋ ਦੁਆਰ, ਪਿਤਾ ਜੀ ਅਸੀਂ ਤੁਹਾਡੇ ਦੁਆਰ ਤੇ ਆ ਗਏ ਹਾਂ। ਵਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ ਹਾਰ, ਤੋ ਆਪਣੇ ਦਾਸਾਂ ਦੀ ਰੱਖਿਆ ਕਰੋ, ਅਸੀਂ ਤੁਹਾਡੇ ਦਰ ਤੇ ਆ ਗਏ ਹਾਂ। ਤਾਂ ਪਿਤਾ ਜੀ ਕੀ ਕਹਿ ਰਹੇ ਅੱਗੇ ਮੋਰੋ? ਕਹਿੰਦੇ ਪੁੱਤ ਤੇਰੀ ਤਾਂ ਮੈਂ ਹਰ ਰੋਜ਼ ਵੇਟ ਕਰਦਾ, ਤੂੰ ਤਾਂ ਆਉਂਦਾ ਹੀ ਨਹੀਂ ਦਰ ਤੇ, ਤੂੰ ਤੁਰੋਂ ਤੁਰਦਾ ਫਿਰ ਰੁਕ ਜਾਂਦਾ, ਫਿਰ ਪਤਾ ਨਹੀਂ ਕਿੱਥੇ ਚਲੇ ਜਾਂਦਾ ਤੂੰ। ਕਹਿੰਦੇ ਤੂੰ ਮੈਨੂੰ ਹਰ ਰੋਜ਼ ਵੇਟ ਕਰਾਉਣਾ, ਤਾਂ ਫਿਰ ਕਹਿੰਦੇ ਜਾ, ਹੁਣ ਮੈਨੂੰ ਤੇਰੇ ਤੇ ਭਰੋਸਾ ਨਹੀਂ। ਕਹਿੰਦੇ ਜਾ, ਮੈਨੂੰ ਹੁਣ ਤੇਰੇ ਤੇ ਭਰੋਸਾ ਨਹੀਂ ਕਿਉਂਕਿ ਤੂੰ ਮੈਨੂੰ ਹਰ ਰੋਜ਼ ਵੇਟ ਕਰਾਉਣਾ। ਤਾਂ ਪੰਜਵ ਪਾਤਸ਼ਾਹ ਵੀ ਲਿਖਦੇ ਆ, ਆਪਣੀ ਪ੍ਰਤੀਤ ਆਪ ਹੀ ਹੋਵੇ, ਬਹੁਰ ਉਸਕਾ ਵਿਸ਼ਵਾਸ ਨਾ ਹੋਵੇ। ਤਾਂ ਸਾਡਾ ਵਿਸ਼ਵਾਸ ਉਸ ਪਿਤਾ ਕੋਲ ਗੁਆਚ ਗਿਆ, ਤਾਂ ਜੇ ਸਾਡੇ ਪਿਤਾ ਨੇ ਸਾਡੀ ਬਾਂਹ ਫੜਦੇ ਫੜ ਛੱਡ ਦਿੱਤੀ ਤਾਂ ਸਾਡੀ ਬਾਂਹ ਮਨੁੱਖੋ ਕੌਣ ਫੜੂਗਾ ਹੁਣ? ਸਾਡੇ ਇੱਕੋ ਇੱਕ ਚਾਰਾ ਸਾਡੇ ਕੋਲ ਇਸ 84 ਲੱਖ ਜੂਨ ਤੋਂ ਬਚਣ ਦਾ, ਜੇ ਸਾਡੇ ਪਿਤਾ ਨੇ ਸਾਡੀ ਬਾਂਹ ਛੱਡ ਦਿੱਤੀ। ਹੁਣ ਆਪਾਂ ਸੋਚੀਏ ਵੀ ਕੀ ਪਿਤਾ ਨੂੰ ਜਾ ਕੇ ਮੂੰਹ ਦਿਖਾਵਾਂਗੇ ਅਸੀਂ? ਪਿਤਾ ਸਾਨੂੰ ਵਾਰ ਵਾਰ ਸਮਝਾ ਰਿਹਾ, ਹਰ ਰੋਜ਼ ਉਪਦੇਸ਼ ਦੇ ਰਿਹਾ, ਹਰ ਰੋਜ਼ ਨਿਤਨੇਮ ਦੀਆਂ ਬਾਣੀਆਂ ਸਾਨੂੰ ਪੜ੍ਹਨ ਵਾਸਤੇ ਕਹਿੰਦੇ ਆ। ਕਹਿੰਦੇ ਪੜ੍ਹ ਲਓ, ਪੜ੍ਹ ਕੇ ਸਿੱਖ ਲਓ, ਵਿਚਾਰ ਲਓ, ਫਿਰ ਤੁਹਾਡੇ ਕੋਲ 24 ਘੰਟੇ ਹੁੰਦੇ ਆ, ਉਹਨਾਂ 24 ਘੰਟਿਆਂ ਦੇ ਵਿੱਚ ਤੁਸੀਂ ਜੋ ਆਪ ਬਾਣੀ ਪੜ੍ਹੀ ਆ ਉਸ ਨੂੰ ਮੰਨ ਕੇ ਤੁਸੀਂ ਘਰ ਆ ਜਾਓ। ਪਰ ਅਸੀਂ ਬਾਣੀ ਵੀ ਪੜ੍ਹੇ ਮਿੱਥੇ ਟਾਈਮ ਦੇ ਨਾਲ ਪੜ੍ਹਦੇ ਹਾਂ ਕਿ ਕੰਮ 'ਤੇ ਜਾਣਾ, 10 ਮਿੰਟ ਰਹਿ ਗਏ, ਸੁਖਮਨੀ ਸਾਹਿਬ ਦਾ ਪਾਠ ਕਰ ਲਈਏ, ਅਤੇ ਸੁਖਮਨੀ ਸਾਹਿਬ ਦਾ ਪਾਠ ਵੀ 10 ਮਿੰਟਾਂ 'ਚ ਅਸੀਂ 24 ਅਸ਼ਟਪਦੀਆਂ ਕਰ ਦਿੰਦੇ ਹਾਂ ਤਾਂ ਇਕੱਲਾ ਸਰੂਪ ਹੀ ਸਮਝ ਆਉਂਦਾ, ਅਸ਼ਟਪਦੀ ਦਾ ਤਾਂ ਪਤਾ ਹੀ ਨਹੀਂ ਲੱਗਦਾ। ਸਰ ਗੁਰਮੁਖੋ, ਪਿਤਾ ਇਸ ਤਰ੍ਹਾਂ ਖੁਸ਼ ਨਹੀਂ ਹੋਣ ਲੱਗਾ। ਤਾਂ ਆਪਾਂ ਫਿਰ ਕਹਿੰਦੇ, ਉਸ 'ਤੇ ਚੌਗਣ ਕਰੇ ਨਿਹਾਲ, ਨਾਨਕ ਸਾਹਿਬ ਸਦਾ ਦਿਆਲ। ਚਾਰ ਗੁਣਾ ਆਪਾਂ ਨੂੰ ਵਿਸ਼ਵਾਸ ਦਵਾਉਣਾ ਪੈਣਾ ਆਪਣੇ ਪਿਤਾ ਨੂੰ, ਤਾਂ ਕਿ ਸਾਡੇ 'ਤੇ ਦੁਬਾਰਾ ਭਰੋਸਾ ਕਰ ਲਵੇ। ਅਸੀਂ ਜੋਦਣੀਆਂ ਬੇਨਤੀਆਂ ਅਰਦਾਸਾਂ ਕਰਨੀਆਂ ਕਿ ਹੇ ਪਿਤਾ ਜੀ, ਹੇ ਦਾਤਾ, ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲਗ ਜੀਵੋ, ਚਿਰ ਭਇਓ ਦਰਸ਼ਨ ਦੇਖੇ, ਇਹ ਪਿਤਾ ਜੀ ਦਇਆ ਕਰੋ। ਤਾਂ ਪਿਤਾ ਨੇ ਫਿਰ ਦੁਬਾਰਾ ਦਇਆ ਕਰ ਦਿੱਤੀ, ਕਿਉਂਕਿ ਦਇਆਵਾਨ ਆ ਉਹ, ਆਪਣਾ ਗੁਣ ਨਹੀਂ ਕਦੀ ਵੀ ਛੱਡਦਾ, ਉਹ ਸਾਡੇ ਵਾਂਗ ਨਹੀਂ ਵੀ ਇੱਕ ਵਾਰੀ ਕਿਹਾ ਤਾਂ ਮੰਨਿਆ ਨਹੀਂ, ਕਹਿਣਾ ਜਾ ਭੱਜਾ, ਹੁਣ ਨਹੀਂ ਮੈਂ ਤੇਰੀ ਗੱਲ ਸੁਣਦਾ। ਫਿਰ ਪਿਤਾ ਨੇ ਦੁਬਾਰਾ ਦਇਆ ਦ੍ਰਿਸ਼ਟੀ ਕਰ ਦਿੱਤੀ ਵੀ ਜਾਓ, ਤੁਹਾਡਾ ਸੰਗ ਹੁਣ ਇਹੋ ਜਿਹਾ ਗੁਰਮੁਖਾਂ ਨਾਲ ਕਰਾਵਾਂਗੇ ਜਿਹੜਾ ਤੁਹਾਨੂੰ ਹੋਰ ਵੀ ਸਰਲ ਤਰੀਕੇ ਨਾਲ ਸਮਝਾਉਣਗੇ, ਹੋਰ ਵੀ ਇੰਨੇ ਸੌਖੇ ਤਰੀਕੇ ਨਾਲ ਸਮਝਾਉਣਗੇ ਕਿ ਜੇ ਤੁਸੀਂ ਚਾਹੋ
ਤਾਂ ਭਵ ਸਾਗਰ ਨੂੰ ਪਾਰ ਕਰਕੇ ਮੇਰੇ ਕੋਲ ਆ ਸਕਦੇ ਹੋ। ਤਾਂ ਕੀ ਸਮਝਾਇਆ? ਕਹਿੰਦੇ ਗੁਰ ਮਿਲ ਭਵ ਜਲ ਲੰਘੀ ਹੈ, ਦਰ ਗਿਆ ਪਤ ਪ੍ਰਵਾਨ, ਨਾਨਕ ਤੇ ਮੁਖ ਉਜਲੇ ਧੁਨ ਉਪਜੈ ਸ਼ਬਦ ਨਿਸ਼ਾਨ। ਮੁਕਤ ਭਏ ਸਾਧ ਸੰਗਤ ਕਰ, ਤਿੰਨ ਕੇ ਅਵਗੁਣ ਸਭ ਪਰ ਹਰਿਆ। ਕਹਿੰਦੇ ਮੁਕਤ ਹੋ ਗਿਆ ਤੁਸੀਂ ਜਦੋਂ ਸਾਧ ਸੰਗਤ ਕੀਤੀ, ਕਿਉਂਕਿ ਸਾਧ ਸੰਗਤ ਵਿੱਚ ਆ ਕੇ ਸਾਨੂੰ ਭੇਦ ਲੱਗਦਾ ਕਿ ਸਾਡਾ ਗੁਰੂ ਤੋਂ ਬਿਨਾਂ ਹੋਰ ਸੰਸਾਰ ਤੇ ਕੋਈ ਨਹੀਂ। ਇਹ ਜੋ ਪੰਜ ਚੋਰ ਕਾਮ ਕ੍ਰੋਧ ਲੋਭ ਅਹੰਕਾਰ, ਜਿਨ੍ਹਾਂ ਤੋਂ ਅਸੀਂ 84 ਲੱਖ ਜੂਨ ਹੋ ਗਈ ਆ, ਕਿੰਨੇ ਚਾਰ ਯੁੱਗ ਹੋ ਗਏ ਹਰਦੇ ਆ ਰਹੇ ਹਾਂ, ਇਹ ਪਿਤਾ ਦੇ ਬਾਹ ਫੜ ਤੋਂ ਬਿਨਾਂ ਅਸੀਂ ਉਹਨਾਂ ਤੋਂ ਜਿੱਤ ਪ੍ਰਾਪਤ ਨਹੀਂ ਕਰ ਸਕਦੇ। ਜੇ ਪਿਤਾ ਸਾਡੀ ਬਾਹ ਫੜੂਗਾ, ਬਾਹ ਫੜ ਤੋਂ ਭਾਵ ਕੀ ਆ? ਗੁਰਮੰਤਰ ਨੂੰ ਹਰ ਵਕਤ ਜਪਣਾ। ਜਦੋਂ ਅਸੀਂ ਗੁਰਮੰਤਰ ਨੂੰ ਜਪਦੇ ਹਾਂ ਤੇ ਜਿੱਦਾਂ ਛੋਟੇ ਬੱਚੇ ਦੀ ਬਾਂਹ ਉਂਗਲੀ ਉਹ ਪਿਤਾ ਫੜ ਕੇ ਉਹਦੇ ਨਾਲ ਨਾਲ ਤੁਰਦਾ ਨਾ, ਤੇ ਮੇਰਾ ਬੱਚਾ ਕਿਤੇ ਟੋਏ 'ਚ ਜਾਂ ਖੱਡਾ ਲੱਗ ਕੇ ਡਿੱਗ ਨਾ ਪਵੇ, ਉਸੇ ਤਰ੍ਹਾਂ ਜਦੋਂ ਅਸੀਂ ਗੁਰਮੰਤਰ ਦੀ ਧੁਨ ਦੇ ਵਿੱਚ ਧਿਆਨ ਰੱਖ ਕੇ ਜਪਦੇ ਹਾਂ ਤੇ ਪਿਤਾ ਨੇ ਸਾਡੀ ਬਾਂਹ ਫੜੀ ਹੁੰਦੀ ਆ, ਸਾਡੀ ਸੁਰਤੀ ਨੂੰ ਫੜਨ ਦੀ ਕੋਸ਼ਿਸ਼ ਕਰਦੇ ਆ ਪਿਤਾ, ਵੀ ਪੁੱਤਰ ਮੇਰਾ ਆਪਣਾ ਮਨ ਮੇਰੇ ਹਵਾਲੇ ਕਰ ਦੇਵੇ, ਭਾਵ ਧੁਨ ਵਿੱਚ ਧੁਨ ਦੇ ਵਿੱਚ ਲੀਨ ਕਰ ਦੇਵੇ ਮਨ ਨੂੰ। ਸੁਭਾਓ ਪਿਆਰ ਦਾ ਸਬੂਤ ਦਿੰਦਿਆਂ ਹੋਇਆ, ਆਪਣੇ ਪਿਤਾ ਦਾ ਵਿਛੋੜਾ ਮਹਿਸੂਸ ਕਰਦਿਆਂ ਹੋਇਆ, ਇਹ ਪਿਤਾ ਜੀ 84 ਲੱਖ ਜੂਨ ਹੋ ਗਏ, 4 ਯੁੱਗ ਹੋ ਗਿਆ ਘਰੋਂ ਨਿਕਲਿਆ ਨੂੰ, ਹਜੇ ਤੱਕ ਤੁਹਾਡੇ ਨਾਲ ਮਿਲਾਪ ਨਹੀਂ ਹੋਇਆ, ਹਜੇ ਤੱਕ ਸਾਨੂੰ ਸੁਣ ਵਿੱਚ ਬੈਠਣਾ ਨਹੀਂ ਆਇਆ, ਕਦੋਂ ਸੁਣ ਵਿੱਚ ਬੈਠਾਂਗੇ, ਕਦੋਂ ਸ਼ਬਦ ਪ੍ਰਗਟ ਹੋਊਗਾ, ਕਦੋਂ ਸਾਨੂੰ ਤੁਸੀਂ ਧੁਨ ਤੇ ਉਪਜੀਵੀ ਧੁਨ ਉਪਜੂਗੀ, ਕਦੋਂ ਸਾਨੂੰ ਜਗਾਓਗੇ ਉੱਥੇ, ਕਦੋਂ ਸਾਡਾ ਤੁਹਾਡੇ ਨਾਲ ਮਿਲਾਪ ਹੋਏਗਾ। ਸੋ ਆਓ ਗੁਰਮੁਖ ਪਿਆਰਿਓ, ਪਿਆਰ ਦਾ ਸਬੂਤ ਦਿੰਦਿਆਂ ਹੋਇਆਂ ਇੱਕ ਸਿਰਫ ਇੱਕ ਵੀ ਸਵਾਸ ਤੁਹਾਡਾ ਵਿਰਥਾ ਨਾ ਜਾਵੇ। ਸਵਾਸ ਤੁਹਾਡੇ ਖਜ਼ਾਨੇ ਦੇ ਵਿੱਚ ਇਸ ਤਰ੍ਹਾਂ ਜਮ੍ਹਾਂ ਹੋਣੇ ਚਾਹੀਦੇ ਆ ਜਿੱਦਾਂ ਬੱਚਾ ਗੋਲਕ ਦੇ ਵਿੱਚ ਪੈਸੇ ਪਾਉਂਦਾ ਠਾ ਠਾ ਡਿੱਗਦੇ ਆ, ਉਸ ਤਰ੍ਹਾਂ ਤੁਹਾਡੇ ਸਵਾਸ ਹਰ ਇੱਕ ਸਵਾਸ ਤੇ ਗੁਰਮੰਤਰ ਦੀ ਮੋਹਰ ਲੱਗਣੀ ਚਾਹੀਦੀ ਆ। ਸੋ ਨਿਯੰਤਰ ਕਰੋ ਬੰਦ, ਪਿਆਰ ਦੇ ਮਾਲਕ ਤੇ ਆਓ, ਆਪਣੇ ਪਿਤਾ ਨੂੰ ਹਾਜ਼ਰ ਨਾਜ਼ਰ ਸਮਝਦਿਆਂ ਹੋਇਆਂ ਕਰੋ ਕਿਰਪਾ ਜੀ। ਵਾਹਿਗੁਰੂ 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 ਮਾਰੋ ਸਾਰੇ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮੁਖੋ ਇੰਨਾ ਕੀ ਖੇਲਾ, ਇੰਨਾ ਕੀ ਖੇਲਾ, ਅਗਰ ਅਸੀਂ ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨੀਐ ਪਾਈਐ, ਜੇ ਉਹਦਾ ਅਸੀਂ ਹੁਕਮ ਮੰਨ ਲਈਏ ਆਪਣੇ ਪਿਤਾ ਦਾ, ਗੁਰ ਕਿਹਾ ਸੁਕਾਰ ਕਮਾਵੋ ਸ਼ਬਦ ਚੀਨ ਸਹਿਜ ਘਰ ਆਵੋ। ਇੰਨਾ ਕੇ ਖੇਲ ਆ ਵੀ ਸ਼ਬਦ ਨੂੰ ਚੀਨ ਲਈਏ, ਸ਼ਬਦ ਦਾ ਲਾਹਾ ਲੈ ਲਈਏ, ਵਿਚਾਰਾਂ ਨੂੰ ਖਤਮ ਕਰਕੇ ਆਪਣੇ ਪਿਤਾ ਦੇ ਸੰਗ ਵਸਣਾ ਸ਼ੁਰੂ ਕਰ ਦਈਏ। ਮਹਾਰਾਜ ਨੇ ਬੜੀ ਕਿਰਪਾ ਕੀਤੀ ਆਪਣੇ ਤੇ, ਬਹੁਤ ਐਗਜ਼ਾਮਪਲਾਂ ਬਹੁਤ ਉਦਾਹਰਨਾਂ ਸਾਨੂੰ ਦਿੱਤੀਆਂ। ਇੱਕ ਮਨਮੁੱਖ ਜੀਵ ਦੀ ਉਦਾਹਰਨ ਦਿੰਦਿਆਂ ਹੋਇਆ ਸਮਝਾਇਆ ਕਿ ਉਹ ਬਾਂਦਰ ਦੀ ਨਿਆਈ ਕਿਸ ਤਰ੍ਹਾਂ ਕੁੱਜੇ ਦੇ ਵਿੱਚ ਹੱਥ ਪਾ ਲੈਂਦਾ ਤੇ ਉਹ ਮੁੱਠ ਭਰ ਲੈਂਦਾ ਖਿੱਲਾਂ ਦੀ ਤੇ ਉਹਨਾਂ ਨੂੰ ਛੱਡਦਾ ਨਹੀਂ, ਤੇ ਉਹ ਜਦੋਂ ਉਹਦੀ ਮੁੱਠ ਨਹੀਂ ਨਿਕਲਦੀ ਕੁੱਜੇ ਦੇ ਵਿੱਚ ਤਾਂ ਰੌਲਾ ਪਾਉਂਦਾ। ਤਾਂ ਸਤਿਗੁਰਾਂ ਨੇ ਵੀ ਸਾਨੂੰ ਉਹੀ ਸਮਝਾਇਆ ਵੀ ਤੁਸੀਂ ਵੀ ਚੀਕਦੇ ਹੋ ਜਦੋਂ ਤੁਹਾਨੂੰ ਦੁੱਖ ਦਰਦ ਆਉਂਦਾ, ਤੁਹਾਡੇ ਹਿਰਦੇ ਦੇ ਵਿੱਚ ਮਨ ਦੇ ਵਿੱਚ ਕਲੇਸ਼ ਆਉਂਦੇ ਆ, ਤੇ ਕਹਿੰਦੇ ਇਹਨਾਂ ਤੋਂ ਉੱਪਰ ਉੱਠ ਜਾਓ। ਕਹਿੰਦੇ ਮੈਂ ਤੁਹਾਡੇ ਕੋਲ ਕੁੱਝ ਨਹੀਂ ਮੰਗ ਰਿਹਾ, ਮੈਂ ਤਾਂ ਤੁਹਾਡੇ ਕੋਲ ਇੱਕੋ ਚੀਜ਼ ਮੰਗ ਰਿਹਾ ਵੀ ਤਨ ਮਨ ਧਨ ਸਭ ਸੌਂਪ ਗੁਰ ਕੋ, ਹੋਰ ਤਾਂ ਮੈਂ ਤੁਹਾਡੇ ਕੋਲ ਕੁੱਝ ਮੰਗ ਹੀ ਨਹੀਂ ਰਿਹਾ। ਤੇ ਤੁਸੀਂ ਕਿਹੜੀਆਂ ਸੋਚਾਂ ਦੇ ਵਿੱਚ ਪੈ ਗਏ ਹੋ? ਭਾਈ ਸਾਹਿਬ ਜੀ ਨੇ ਕੱਲ ਸ਼ਬਦ ਵੀ ਸੁਣਾਇਆ ਸੀ ਬਾਬਾ ਕਬੀਰ ਜੀ ਦਾ, ਕਿਆ ਸੋਚੇ ਬਾਰੰਬਾਰਾ ਹਰ ਕਾ ਨਾਮ ਨਾ ਜਪ ਸਕਵਾਰਾ। ਵੀ ਕੀ ਕਿਹੜੀਆਂ ਸੋਚਾਂ 'ਚ ਪੈ ਗਏ ਹਾਂ ਕਿ ਸਾਡਾ ਮਨ ਨਹੀਂ ਕਰਦਾ ਉਹ ਸਤਿਗੁਰ ਨੂੰ ਮਿਲਣ ਨੂੰ। ਇਹ ਅਸੀਂ ਇਸ ਕੈਂਪ ਤੋਂ ਆਪਣੇ ਮਨ ਦੇ ਵਿੱਚ ਦ੍ਰਿੜ ਨਿਸ਼ਚਾ ਕਰਕੇ ਜਾਣਾ ਕਿ ਜੇ ਅਸੀਂ ਜੂਨਾਂ ਦੇ ਵਿੱਚ ਨਹੀਂ ਜਾਣਾ ਤੇ ਅੱਜ ਹੁਣ ਪ੍ਰੋਗਰਾਮ ਦੀ ਸਮਾਪਤੀ ਤੋਂ ਬਾਅਦ ਤੁਸੀਂ ਅਰਦਾਸਾਂ ਬੇਨਤੀਆਂ ਆਪਣੇ ਪਿਤਾ ਦੇ ਕਰਕੇ ਜਾਣੀਆਂ ਕਿ ਹੇ ਪਿਤਾ ਜੀ ਮੇਰੇ ਤੇ ਦਇਆ ਦ੍ਰਿਸ਼ਟੀ ਕਰੋ, ਅੱਜ ਤੋਂ ਬਾਅਦ ਮੇਰੇ ਜੀਵਨ ਦੇ ਵਿੱਚ ਬਦਲਾਓ ਆ ਜਾਵੇ ਤੁਹਾਡੀ ਦਇਆ ਤੁਹਾਡੀ ਕਿਰਪਾ ਦੁਆਰਾ। ਮੈਂ ਇਸ ਰਸਤੇ ਤੇ ਚੱਲਣਾ ਚਾਹੁੰਦਾ, ਪਿਤਾ ਜੀ ਮੇਰੇ ਤੇ ਕਿਰਪਾ ਰੱਖੋ। ਜੇ ਤੁਸੀਂ ਬੇਨਤੀਆਂ ਜੋਦਣੀਆਂ ਕਰੋਗੇ ਤੇ ਆਪਣੀ ਅਰਦਾਸ ਜੋਦਣੀ ਬੇਨਤੀ ਕਦੀ ਵਿਰਥਾ ਨਹੀਂ ਜਾਂਦੀ, ਕਿਉਂਕਿ ਨਾਨਕ ਕੇ ਘਰ ਕੇਵਲ ਨਾਮ। ਉਹ ਪਿਤਾ ਨੂੰ ਇੱਕ ਵਾਰੀ ਤੁਸੀਂ ਆਖੋਗੇ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਲ ਪੈਂਡਾ ਆਗੇ ਹੋਏ ਨੇਤ ਹੈ। ਜੇ ਆਪਾਂ ਥੋੜ੍ਹਾ ਜਿਹਾ ਵੀ ਤੁਰਾਂਗੇ ਉਸ ਪਿਤਾ ਪ੍ਰਤੀ ਤਾਂ ਉਹ ਪਿਤਾ ਸਾਡੀ ਬਾਂਹ ਫੜ ਕੇ ਸਾਨੂੰ ਆਪੇ ਖਿੱਚ ਲੈਂਦਾ। ਪਰ ਚਿੰਤਾ ਰੱਖਿਓ, ਏਕ ਪੈਂਡਾ ਸੁਣਨ ਨੂੰ ਆਖਿਆ। ਜੇ ਕਹਿੰਦੇ ਤੁਸੀਂ ਸਾਰੇ ਇੱਕ ਪੈਂਡਾ ਤਹਿ ਕਰਕੇ ਸੁਣ ਵਿੱਚ ਆ ਜਾਓ ਤਾਂ ਉੱਥੋਂ ਕਹਿੰਦੇ ਮੈਂ ਤੁਹਾਡੀ ਬਾਂਹ ਫੜਾਂਗਾ। ਸੁਣ ਵਿੱਚ ਬੈਠਣਾ ਸਿੱਖੀਏ, ਸੁਣ ਸਾਡੇ ਮਨ ਦਾ ਘਰ ਜਿੱਥੇ ਬੈਠ ਕੇ ਸਾਡੇ ਮਨ ਨੂੰ ਸੁੱਖ ਪ੍ਰਾਪਤ ਹੁੰਦਾ। ਸੋ ਆਪਾਂ ਕੋਸ਼ਿਸ਼ ਕਰਨੀ ਆ ਸੁਣ ਵਿੱਚ ਬੈਠਣਾ। ਆਪਣੇ ਘਰ ਜੋ ਹਰ ਰੋਜ਼ ਪੜ੍ਹਦੇ ਹੋ ਨਿੱਜ ਘਰ ਮਹਿਲ ਪਾਵੋ ਸੁੱਖ ਸਹਿਜੇ ਬੋਰ ਨਾ ਹੋਏਗਾ, ਫਿਰ ਉਸ ਨਿੱਜ ਘਰ ਜੋ ਸਾਡੇ ਮਨ ਦਾ ਪਿਤਾ ਨੇ ਘਰ ਬਣਾਇਆ ਉੱਥੇ ਵੀ ਜਾਣਾ ਅਸੀਂ। ਪਰ ਇਹ ਸਾਰਾ ਕਦੇ ਹੀ ਪੋਸੀਬਲ ਆ ਜਦੋਂ ਅਸੀਂ ਗੁਰਮੰਤਰ ਦਾ ਅਭਿਆਸ ਕਰਕੇ ਵਿਚਾਰਾਂ ਨੂੰ ਖਤਮ ਕਰਕੇ ਨਾ ਤੋਂ ਉੱਪਰ ਉੱਠਾਂਗੇ, ਸੁਣ ਦੇ ਵਿੱਚ ਬੈਠਾਂਗੇ ਜਿੱਥੇ ਕੋਈ ਵਿਚਾਰ ਨਹੀਂ, ਨਿਰਵਿਚਾਰ ਹੋ ਕੇ। ਇੱਕ ਵਾਰੀ ਬਾਬਾ ਕਬੀਰ ਜੀ ਜੋ ਸਟੋਰੀ ਸਾਰੇ ਆਪਣਿਆਂ 'ਤੇ ਲਾਗੂ ਹੁੰਦੀ ਹੈ ਤਾਂ ਇਹ ਸਟੋਰੀ ਦਾ ਵਰਣਨ ਕਰ ਲੱਗੇ ਹਾਂ। ਬਾਬਾ ਕਬੀਰ ਜੀ ਦਾ ਦੋਸਤ ਸੀ ਅਤੇ ਬਾਬਾ ਕਬੀਰ ਜੀ ਉਹਨੂੰ ਰੋਜ਼ ਕਹਿੰਦੇ ਹੁੰਦੇ ਸੀ ਬਈ ਮਿੱਤਰਾ ਤੂੰ ਕੰਮ ਕਾਜ ਤਾਂ ਬਹੁਤ ਕਰਦਾ, ਮੈਂ ਨਾਲ ਨਾਲ ਭਗਤੀ ਵੀ ਕਰਿਆ ਕਰ, ਉਸ ਮਾਲਕ ਦਾ ਸਿਮਰਨ ਕਰਿਆ ਕਰ, ਜਪ ਤਪ ਕਰਿਆ ਕਰ। ਤਾਂ ਉਹ ਸਿੱਖੀ ਦਾ ਦੋਸਤ ਪਰ ਉਹ ਬਾਬਾ ਕਬੀਰ ਜੀ ਨੂੰ ਕਹਿੰਦਾ ਹੁੰਦਾ ਸੀ ਕਬੀਰਾ ਕੋਈ ਨਹੀਂ
ਹੁਣ ਮੈਂ ਵਿਆਹ ਕਰਾ ਲੈਣਾ, ਵਿਆਹ ਤੋਂ ਬਾਅਦ ਬੱਚੇ ਹੋ ਜਾਣਗੇ, ਫਿਰ ਆਰਾਮ ਨਾਲ ਭਗਤੀ ਕਰਨੀ, ਉਸ ਤੋਂ ਬਾਅਦ ਕਿਹੜਾ ਕੰਮ ਕਰਨਾ, ਹੁਣ ਥੋੜ੍ਹਾ ਜਿਹਾ ਮਿਹਨਤ ਕਰ ਲਈਏ, ਪੈਸੇ ਜੋੜ ਲਈਏ, ਵਿਆਹ ਵੀ ਕਰਾਉਣਾ। ਅਤੇ ਉਸ ਤੋਂ ਬਾਅਦ ਬਾਬਾ ਕਬੀਰ ਜੀ ਨੇ ਦੇਖਿਆ ਵੀ ਇਹਨਾਂ ਦਾ ਵਿਆਹ ਕਰਾ ਲਿਆ, ਹੁਣ ਬੱਚੇ ਵੀ ਹੋ ਗਏ ਆ, ਤਾਂ ਬਾਬਾ ਕਬੀਰ ਜੀ ਕਹਿੰਦੇ ਵੀ ਗੁਰਮੁਖਾ ਤੂੰ ਹੁਣ ਹੀ ਜਪ ਲਾ, ਹੁਣ ਕਿਹੜਾ ਸਮਾਂ ਨਿਕਲ ਗਿਆ, ਹਜੇ ਸਮਾਂ ਤੇਰੇ ਕੋਲ ਹੈਗਾ, ਪਰ ਪਤਾ ਨਹੀਂ ਕਦੋਂ ਖਤਮ ਹੋ ਜਾਵੇ। ਤਾਂ ਫਿਰ ਉਹਨਾਂ ਦਾ ਮਿੱਤਰ ਕਹਿੰਦਾ ਵੀ ਕਬੀਰਾ ਹੁਣ ਮੇਰੇ ਬੱਚੇ ਵੱਡੇ ਹੋ ਰਿਹਾ, ਇਹਨਾਂ ਦੇ ਵਿਆਹ ਹੋ ਜਾਣੇ, ਉਸ ਤੋਂ ਬਾਅਦ ਤਾਂ ਇਹਨਾਂ ਨੇ ਕੰਮ ਕਰਨਾ, ਮੈਂ ਤਾਂ ਵੈਸੇ ਰਿਟਾਇਰ ਹੋ ਜਾਣਾ। ਤਾਂ ਉਹ ਕਹਿੰਦੇ ਭਾਈ ਸਮੇਂ ਦਾ ਥੋੜ੍ਹੀ ਤੈਨੂੰ ਪਤਾ ਵੀ ਕਿੰਨਾ ਸਮਾਂ ਤੇਰੇ ਕੋਲ, ਇੰਨਾ ਸਮਾਂ ਹੈ ਜਾਂ ਨਹੀਂ। ਤਾਂ ਕਰਦਿਆਂ ਕਰਦਿਆਂ ਉਹਦਾ ਵਿਆਹ ਹੋ ਗਿਆ, ਬੱਚੇ ਵੀ ਵਿਆਹੇ ਗਏ। ਤਾਂ ਇੱਕ ਦਿਨ ਬਾਬਾ ਕਬੀਰ ਜੀ ਮਿਲਣ ਗਏ, ਤਾਂ ਘਰੇ ਉਹਨਾਂ ਦੀ ਸੰਗਤ ਬੈਠੀ ਰੋਣ ਡਈ, ਤੇ ਉਹਨਾਂ ਪੁੱਛਿਆ ਵੀ ਪੁੱਤਰ ਕੀ ਹੋਇਆ, ਤਾਂ ਕਹਿੰਦੇ ਪਤਾ ਨਹੀਂ ਚਲਾਣਾ ਕਰ ਗਏ। ਤੇ ਉਹਨਾਂ ਦਾ ਮਿੱਤਰ ਚਲਾਣਾ ਕਰ ਗਿਆ, ਤਾਂ ਉਹਨਾਂ ਨੇ ਸਾਹਿਤ ਵਿੱਚ ਦੇਖਿਆ ਬਈ ਇਹ ਤਾਂ ਕੰਮ ਕਾਜ ਵਿੱਚ ਰੁੱਝਿਆ ਰਹਿੰਦਾ ਸੀ, ਆਖਰੀ ਸਮੇਂ 'ਤੇ ਉਹਦਾ ਧਿਆਨ ਵੀ ਬਲਦਾਂ ਵਿੱਚ ਹੀ ਸੀਗਾ ਵੀ ਮੇਰੇ ਬਲਦ ਬਾਹਰ ਹੀ ਖੜ੍ਹੇ ਆ, ਕਿਤੇ ਇੱਦਾਂ ਨਾ ਹੋਵੇ ਪੁੱਤਰ ਮੇਰੇ ਉਹਨੂੰ ਅੰਦਰ ਕਰਨ ਜਾਂ ਨਹੀਂ ਕਰਨ। ਤਾਂ ਉਹਨੂੰ ਵਾਹਿਗੁਰੂ ਨੇ ਬਲਦ ਬਣਾ ਦਿੱਤਾ। ਤਾਂ ਫਿਰ ਮਹਾਰਾਜ ਨੇ ਸ਼ਬਦ ਉਚਾਰਨ ਕੀਤਾ, ਬਾਬਾ ਕਬੀਰ ਜੀ ਨੇ ਚਾਰ ਪਾਉ ਦੋ ਸਿੰਘ ਗੌਂਗ ਮੁੱਖ ਤਬ ਕੈਸੇ ਗੁਣ ਗਾਈ ਹੈ, ਤਬ ਕੈਸੇ ਗੁਣ ਗਾਈ ਹੈ, ਉਠਤ ਬੈਠਤ ਠੇਂਗਾ ਪਰ ਹੈ, ਤਬ ਕਦ ਮੂਨ ਲਗਈ ਹੈ, ਹਰ ਬਿਨ ਬੈਲ ਬਰਾਨੇ ਹੋਈ ਹੈ, ਫਾਟੇ ਨਾਗਨ ਟੂਟੇ ਕਾਂਧਨ, ਕੋਦੋ ਕੋ ਪਸ ਗਈ ਹੈ, ਸਾਰਾ ਦਿਨ ਡੋਲਤ ਮਨ ਮਹੀਆ, ਅਜੂ ਨਾ ਪੇਟ ਅਗਈ ਹੈ, ਜਬ ਸੰਤਨ ਕਾ ਕਿਹਾ ਨਾ ਮਾਨੋ, ਤੋ ਕੀਤਾ ਆਪਣਾ ਪਈ ਹੈ। ਕਹਿੰਦੇ ਭਾਈ ਹੁਣ ਤੂੰ ਕਿੱਦਾਂ ਗੁਣ ਗਾਵੇਂਗਾ, ਹੁਣ ਤੇਰੇ ਮੂੰਹ ਤੇ ਗੁੰਗ ਆ ਗਈ ਆ, ਤੇਰੇ ਸਿੰਘ ਲੱਗ ਗਏ ਆ, ਤੈਨੂੰ ਮਾਲਕ ਨੇ 84 ਲੱਖ ਗੁਣਾਂ ਦੇ ਵਿੱਚ ਸੁੱਟ ਦਿੱਤਾ। ਸੋ ਗੁਰਮੁਖੋ ਆਪਾਂ ਵੀ ਬਹਾਨੇ ਪਾਉਣੇ ਛੱਡ ਦਈਏ ਬਈ ਆਪਣੇ ਕੋਲ ਕੰਮ ਕਾਜ ਬਹੁਤ ਕਰਨ ਵਾਲੇ ਆ, ਸਾਡੇ ਕੰਮ ਨਹੀਂ ਖਤਮ ਹੁੰਦੇ। ਗੁਰਮੁਖੋ ਇਸ ਤੋਂ ਵੱਡਾ ਕੰਮ ਕੋਈ ਨਹੀਂ, ਇਸ ਤੋਂ ਵੱਡਾ ਗੁਰਮੰਤਰ ਤੋਂ ਵੱਡਾ ਕੋਈ ਕੰਮ ਨਹੀਂ। ਸੋ ਇਸ ਲਈ ਆਪ ਸਭ ਦੇ ਚਰਨਾਂ 'ਚ ਬੇਨਤੀ ਆ ਬਈ ਜਦੋਂ ਆਪਾਂ ਸਵੇਰੇ ਉੱਠ ਕੇ ਆਪਣੇ ਨੇਤਰ ਖੋਲ੍ਹਦੇ ਹਾਂ ਤਾਂ ਆਪਾਂ ਸ਼ਬਦ ਗੁਰੂ ਨੂੰ ਛੱਡ ਕੇ ਪੌਣ ਗੁਰੂ ਦੇ ਵਿੱਚ ਸੰਗ ਕਰਦੇ ਹਾਂ, ਤਾਂ ਮਹਾਰਾਜ ਸਮਝਾਉਂਦੇ ਆ ਆਪਾਂ ਨੂੰ ਪੰਚ ਪਹਿਰੂਆ ਦਰ ਪੇ ਰਹਿਤੇ ਤਿਨਕਾ ਨਹੀਂ ਪਤਿਆਰਾ, ਚੇਤ ਸਚੇਤ ਚਿੱਤ ਹੋਏ ਰੋ ਤੋਂ ਲੈ ਪ੍ਰਗਾਸ ਅਜਾਰਾ। ਵੀ ਪੰਜਾਂ ਚੋਰਾਂ ਨੇ ਹੁਣ ਤੁਹਾਨੂੰ ਫੜ ਲੈਣਾ, ਪਰ ਜੇ ਤੁਸੀਂ ਗੁਰੂ ਦੇ ਸ਼ਬਦ ਦਾ ਸੰਗ, ਗੁਰੂ ਦਾ ਪ੍ਰਕਾਸ਼ ਨਾਲ ਲੈ ਕੇ ਚੱਲੋਗੇ, ਗੁਰਮੰਤਰ ਹੈ ਹਥਿਆਰ, ਜੇ ਤੁਹਾਡੇ ਕੋਲ ਹਥਿਆਰ ਹੋਵੇ ਤਾਂ 5 ਡਾਕੂ ਕੀ 15 ਕੀ 25 ਕੀ ਜਿੰਨੇ ਮਰਜ਼ੀ ਆ ਜਾਣ, ਤੁਹਾਡਾ ਕੁਝ ਨਹੀਂ ਵਿਗਾੜ ਸਕਦੇ। ਇਹ ਜੋ ਗੁਰਮੰਤਰ ਹੈ ਇਹ ਹਥਿਆਰ ਹੈ, ਗੁਰ ਕੇ ਬਾਣ ਬਦਰ ਕਰ ਛੇਤੀ ਪ੍ਰਗਟਿਓ ਪਦ ਪ੍ਰਗਾਸਾ, ਇਹ ਹਥਿਆਰ ਆ। ਜੇ ਗੁਰਮੰਤਰ ਸਾਡੇ ਹਿਰਦੇ ਵਿੱਚ ਵਸਿਆ ਹੋਵੇਗਾ ਤਾਂ ਇਹ 5 ਚੋਰ ਤੁਹਾਨੂੰ ਬਰਗਲਾ ਕੇ ਬਾਹਰ ਨਹੀਂ ਲਿਜਾ ਸਕਦੇ। ਤੁਸੀਂ ਸ਼ਬਦ ਗੁਰੂ ਦੇ ਪ੍ਰਕਾਸ਼ ਹੇਠਾਂ ਸਾਰਾ ਦਿਨ ਸਮਦ੍ਰਿਸ਼ਟੀ ਨਾਲ ਉਠਤ ਬੈਠਤ ਸੋਵਤ ਜਾਗਤ ਗੁਰਮੰਤਰ ਹਿਰਦੇ ਚਤਾਰੀ ਹਰ ਵਕਤ ਤੁਸੀਂ ਸਿਮਰਨ ਭਗਤੀ ਕਰ ਸਕਦੇ ਹੋ। ਫਿਰ ਜਿਸ ਤਰ੍ਹਾਂ ਗੁਰਮੁਖਾਂ ਨੇ ਆਪਾਂ ਨੂੰ ਦੱਸਿਆ ਵੀ ਹਰ ਸਨਿਚਰਵਾਰ ਹਰ ਇੱਕ ਐਤਵਾਰ ਇੱਥੇ ਸਿਮਰਨ ਹੁੰਦਾ, ਤੁਸੀਂ ਸਾਰਿਆਂ ਨੇ ਜਦੋਂ ਘਰੋਂ ਤੁਰਨਾ ਤੁਰਨ ਤੋਂ ਪਹਿਲਾਂ ਆਪਣੇ ਮਿੱਤਰਾਂ ਦੋਸਤਾਂ ਨੂੰ ਕਾਲਾਂ ਵੀ ਕਰਨੀਆਂ ਵੀ ਭਾਈ ਅਸੀਂ ਸਿਮਰਨ 'ਤੇ ਚੱਲੇ ਹਾਂ, ਜੇ ਕਿਸੇ ਗੁਰਮੁਖ ਨੇ ਸਾਡੇ ਨਾਲ ਜਾਣਾ ਤਾਂ ਅਸੀਂ ਉਹਨੂੰ ਚੱਕ ਸਕਦੇ ਹਾਂ, ਉਹਨਾਂ ਨੂੰ ਸੱਚੀ ਸੰਗਤ ਵਿੱਚ ਲੈ ਕੇ ਆਉਣਾ, ਫਿਰ ਉਹਨਾਂ ਨੂੰ ਨਾਲ ਵੀ ਛੱਡ ਕੇ ਆਉਣਾ ਕਰੇ। ਇਹ ਇੱਕ ਗੁਰਸਿੱਖ ਦੀ ਡਿਊਟੀ ਆ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਭਲ ਕੇ ਉਠਾ ਨਾਮ ਧਿਆਏ, ਉਦਮ ਕਰੇ ਭਲ ਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨ ਆਏ, ਸਵੇਰੇ ਉੱਠ ਕੇ ਸਿਮਰਨ ਭਗਤੀ ਕਰਕੇ ਆਪਣੇ ਮਨ ਨੂੰ
ਗਰਮੰਤਰ ਦੇ ਨਾਲ ਸ਼ਬਦ ਦੇ ਨਾਲ ਨਾਲ ਆਏ। ਫਿਰ ਉਸ ਤੋਂ ਬਾਅਦ ਉਪਦੇਸ਼ ਗੁਰੂ ਹਰ ਹਰ ਜਪ ਜਾਪੇ ਸਭ ਕਿਲ ਵਿੱਚ ਦੋਖ ਪਾਪ ਲਹਿ ਜਾਵੇ। ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੇ। ਜੋ ਸਾਸ ਗ੍ਰਾਸ ਜਿੱਦਾਂ ਹੁਣ ਤੁਸੀਂ ਟੱਪ ਰਹੇ ਸੀ, ਧਿਆਏ ਮੇਰਾ ਹਰ ਹਰ ਸੋ ਗੁਰ ਸਿੱਖ ਗੁਰੂ ਮਨ ਭਾਵੇ। ਗੁਰੂ ਦੇ ਮਨ ਨੂੰ ਉਹ ਸਿੱਖ ਚੰਗਾ ਲੱਗਦਾ ਜਿਹੜਾ ਹਰ ਵੇਲੇ ਗੁਰਮੰਤਰ ਦੇ ਵਿੱਚ ਜੁੜਿਆ ਰਹਿੰਦਾ। ਜੋ ਸਾਸ ਗ੍ਰਾਸ ਧਿਆਏ ਮੇਰਾ ਹਰ ਹਰ ਸੋ ਗੁਰ ਸਿੱਖ ਗੁਰੂ ਮਨ ਭਾਵੇ। ਜਿਸ ਨੂੰ ਧਿਆਲ ਹੋਵੇ ਮੇਰਾ ਸਤਿਗੁਰ, ਤਿਸ ਗੁਰ ਸਿੱਖ ਗੁਰ ਉਪਦੇਸ਼ ਸੁਣਾਵੇ। ਜਨ ਨਾਨਕ ਤੋੜ ਮੰਗੇ ਤਿਸ ਗੁਰ ਸਿੱਖ ਕੀ, ਜੋ ਆਪ ਜਪੇ ਅਵਰਾ ਨਾਮ ਜਪਾਵੇ। ਗੁਰਮੁਖੋ ਕਦੋਂ ਅਸੀਂ ਗੁਰੂ ਨਾਨਕ ਦਾ ਮੁੱਖ ਬਣ ਕੇ ਆਪ ਵੀ ਜਪਣਾ ਤੇ ਦੂਸਰਿਆਂ ਭੈਣਾਂ ਭਰਾਵਾਂ ਨੂੰ ਵੀ ਸੰਸਾਰ ਦੇ ਵਿੱਚ ਜਪਾਉਣਾ। ਇਹ ਜੋ ਫਰਵਾੜੀ ਅੱਜ ਲੱਗੀ ਹੋਈ ਆ, ਇਹ ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਤਰਮਾਲਾ ਦੀ ਆਪਣੀ ਪਰਸਨਲ ਮਿਹਨਤ, ਜਿਹਨਾਂ ਨੇ ਧੰਨ ਧੰਨ ਸ਼ਬਦ ਅਵਤਾਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰੈਕਟੀਕਲ ਕਰਕੇ ਆਪਣੇ ਜੀਵਨ ਨੂੰ ਸਫਲਾ ਬਣਾਇਆ। ਤੇ ਜੋ ਗੁਰੂ ਨਾਨਕ ਦੇਵ ਜੀ ਦਾ ਉਪਦੇਸ਼ ਸੀ, ਆਪ ਜਪੋ ਅਵਰਾ ਨਾਮ ਜਪਾਵੋ, ਉਹਨਾਂ ਨੇ ਸਾਨੂੰ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜਨ ਦੀ ਪ੍ਰੇਰਨਾ ਦਿੱਤੀ ਵੀ ਤੁਸੀਂ ਵੀ ਜਪੋ ਜਿੱਦਾਂ ਮੈਂ ਜਪ ਕੇ ਪਾਰ ਹੋ ਗਿਆ, ਮੈਂ ਜਪ ਕੇ ਉਸ ਵਾਹਿਗੁਰੂ ਦੇ ਵਿੱਚ ਸਮਾ ਗਿਆ, ਤੁਸੀਂ ਵੀ ਇਸ ਤਰ੍ਹਾਂ ਜਪ ਕੇ ਵਾਹਿਗੁਰੂ ਦੇ ਵਿੱਚ ਸਮਾ ਸਕਦੇ ਹੋ। ਉਹਨਾਂ ਨੇ ਪ੍ਰਤੱਖ ਆਪਾਂ ਨੂੰ ਕਰਕੇ ਦਿਖਾਇਆ ਜਿਨ੍ਹਾਂ ਗੁਰਮੁਖਾਂ ਦਾ ਅੱਜ ਜਨਮ ਦਿਹਾੜਾ। ਸੋ ਆਪ ਸਮੂਹ ਸੰਗਤ ਨੂੰ ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਤਰਮਾਲਾ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ। ਆਓ ਆਓ ਗੁਰਮੁਖਾਂ ਦੇ ਚੜ੍ਹਦੀ ਕਲਾ ਦੇ ਲਈ ਇੱਕ ਡਟ ਕੇ ਜਗਾਰਾ ਲਗਾਈਏ ਜੀ। ਇਹ ਜੋ ਬੂਟਾ ਲਾਇਆ, ਜਿਸ ਬੂਟੇ ਦੀ ਆਪਾਂ ਛਾਂ ਸਾਰੇ ਮਾਣ ਰਹੇ ਹਾਂ, ਇਹ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਦਇਆ ਦ੍ਰਿਸ਼ਟੀ ਹੈ, ਜਿਹਨਾਂ ਨੇ ਭਾਈ ਸਾਹਿਬ ਜੀ 'ਤੇ ਕਿਰਪਾ ਕੀਤੀ। ਭਾਈ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਾਨੂੰ ਹੋਰ ਵੀ ਸਰਲ ਕਰਕੇ ਸਮਝਾ ਦਿੱਤੀ, ਜੋ ਕਿ ਸਾਡੀ ਸਮਝ ਵਿੱਚ ਨਹੀਂ ਸੀ ਆਉਂਦੀ, ਉਹਨਾਂ ਨੇ ਸਾਨੂੰ ਹੋਰ ਵੀ ਸਰਲ ਕਰਕੇ ਸਮਝਾ ਦਿੱਤੀ। ਸੋ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟ ਧੰਨਵਾਦ ਹੈ, ਜਿਨ੍ਹਾਂ ਨੇ ਸਾਡਾ ਮਿਲਾਪ ਇਹੋ ਜਿਹੇ ਗੁਰਮੁਖਾਂ ਦੇ ਨਾਲ ਕਰਾਇਆ ਅਤੇ ਆਪਣੀ ਬਾਣੀ ਦੁਆਰਾ ਸਾਡੇ ਮਨ ਨੂੰ ਸਮਝਾਇਆ। ਸੋ ਆਓ ਗੁਰਮੁਖੋ, ਆਪਣਾ ਸਮਾਂ ਤਾਂ ਹੋ ਗਿਆ, ਸਿਰਫ ਦੋ ਲਾਈਨਾਂ ਆਪਾਂ ਸਾਰਿਆਂ ਨੇ ਗੁਰਮੁਖਾਂ ਦੇ ਜੀਵਨ ਬਾਰੇ ਪੜ੍ਹੀਆਂ। ਪਰ ਉਪਕਾਰੀ ਆਏ ਜਨ, ਪਰ ਉਪਕਾਰੀ ਮੈਂ
उपकारी आए, जन पर उपकारी आए, गुरमुख प्यारियो समय की समाप्ति है। दास आप समूह संगत कोलों माफी चाहता कि विचार करद एक नहीं अनेक 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 भुल हो गई हैं जो आप साध संगत अते गुरु साहब बख्शन योग हो आप दया दृष्टि करके दास नूं बख्श देना अगे वास्ते समत बख्शनी जीओ